ਸਰਹੰਦ ਦੇ ਇੱਕ ਨਿੱਜੀ ਹਸਪਤਾਲ ਰਾਣਾ ਹਸਪਤਾਲ ਵੱਲੋਂ ਭਗੰਦਰ ਦਾ ਪੂਰੀ ਦੁਨੀਆ ਵਿੱਚੋਂ ਸਭ ਤੋਂ ਵੱਡਾ ਆਪਰੇਸ਼ਨ ਕਰਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਮ ਰੋਸ਼ਨ ਕਰਕੇ ਵਿਸ਼ਵ ਰਿਕਾਰਡ ਬਣਾਇਆ ਗਿਆ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਹਤਿੰਦਰ ਸੂਰੀ ਨੇ ਦੱਸਿਆ ਕਿ ਅੱਜ ਤੱਕ ਪੂਰੀ ਦੁਨੀਆ ਵਿੱਚ ਭਗੰਦਰ ਦਾ ਆਪਰੇਸ਼ਨ 25 ਸੈਂਟੀਮੀਟਰ ਤੋਂ ਵੱਡਾ ਨਹੀਂ ਹੋਇਆ ਤੇ ਰਾਣਾ ਹਸਪਤਾਲ ਵੱਲੋਂ ਬੈਂਕਾਕ ਦੇ ਮਸ਼ਹੂਰ ਡਾਕਟਰ ਅਰੁਣ ਦੇ ਸਹਿਯੋਗ ਨਾਲ ਸਰਹੰਦ ਰਾਣਾ ਹਸਪਤਾਲ ਵਿਖੇ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਾਸੀ ਕੁਲਵਿੰਦਰ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਇਸ ਭਗੰਦਰ ਨਾਮ ਦੀ ਬਿਮਾਰੀ ਤੋਂ ਪੀੜਤ ਸਨ, ਜੋ ਕਿ ਕਈ ਥਾਵਾਂ ਤੇ ਆਪਣਾ ਇਲਾਜ ਤੇ ਆਪਰੇਸ਼ਨ ਵੀ ਕਰਵਾ ਚੁੱਕੇ ਸਨ, ਉਸਦਾ 26 ਸੈਂਟੀਮੀਟਰ ਦਾ ਕਾਮਯਾਬ ਆਪਰੇਸ਼ਨ ਕਰਕੇ ਵਿਸ਼ਵ ਰਿਕਾਰਡ ਬਣਾਇਆ ਗਿਆ। ਇਸ ਸੰਬੰਧੀ ਬਿਮਾਰੀ ਤੋਂ ਪੀੜਤ ਮਰੀਜ਼ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਇਸ ਬਿਮਾਰੀ ਨਾਲ ਜੂਝ ਰਿਹਾ ਹੈ ਤੇ ਹੁਣ ਤੱਕ ਇਸ ਬਿਮਾਰੀ ਦੇ ਇਲਾਜ ਅਧੀਨ ਵੱਖ ਵੱਖ ਹਸਪਤਾਲਾਂ ਵਿੱਚ ਲੱਖਾਂ ਰੁਪਏ ਖਰਚ ਕਰ ਚੁੱਕਾ ਹੈ ਤੇ ਬਾਅਦ ਵਿੱਚ ਰਾਣਾ ਹਸਪਤਾਲ ਸਰਹੰਦ ਦਾ ਉਹਨਾਂ ਨੂੰ ਪਤਾ ਲੱਗਾ ਤੇ ਇੱਥੇ ਬਹੁਤ ਹੀ ਘੱਟ ਖਰਚ ਵਿੱਚ ਉਸਦਾ ਦੁਨੀਆ ਵਿੱਚ ਸਭ ਤੋਂ ਵੱਡਾ ਭਗੰਦਰ ਦਾ ਕਾਮਯਾਬ ਆਪਰੇਸ਼ਨ ਹੋਇਆ, ਜਿਸ ਤੋਂ ਉਹ ਤੇ ਉਸਦਾ ਪਰਿਵਾਰ ਬਹੁਤ ਖੁਸ਼ ਹੈ ਤੇ ਡਾਕਟਰਾਂ ਦੀ ਸਮੂਹ ਟੀਮ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ। ਇਹ ਜਿਹੜਾ ਫਿਸਟੁਲਾ ਸੀਗਾ, ਇਹ ਵਰਲਡ ਦਾ ਸਭ ਤੋਂ ਬੜਾ ਫਿਸਟੁਲਾ ਸੀ ਜਿਹੜਾ ਟੋਇਲਟ ਵਾਲੀ ਜਗ੍ਹਾ ਤੋਂ ਪੇਟ ਤੱਕ ਫੈਲ ਗਿਆ ਸੀ। ਇਹਦੇ ਵਿੱਚ ਪੇਟ 'ਚੋਂ ਵੀ ਪਾਸਾ ਆ ਰਹੀ ਸੀ, ਨੀਚੋਂ ਵੀ ਪਾਸਾ ਆ ਰਹੀ ਸੀ। ਪੇਸ਼ੈਂਟ ਦੀ 2 ਵਾਰ ਸਰਜਰੀ ਪਹਿਲਾਂ ਹੋਈ ਹੋਈ ਸੀ, ਜਿਹਦੇ ਤਕਰੀਬਨ 1-1.5 ਮਹੀਨਾ ਉਹਨਾਂ ਨੇ ਲਗਾਤਾਰ ਪੱਟੀਆਂ ਵੀ ਕਰਾਈਆਂ ਸੀ, ਪਰ ਪਸ ਅੰਦਰ ਰਹਿ ਗਈ ਸੀਗੀ। ਇਹਦਾ ਫਿਰ ਲਿਫਟ ਟੈਕਨੀਕ ਨਾਲ ਸਾਡੀ ਡਾਕਟਰਾਂ ਦੀ ਟੀਮ ਨੇ ਰਾਣਾ ਹਸਪਤਾਲ 'ਚ ਆਪਰੇਸ਼ਨ ਕੀਤਾ, ਪਰ ਆਪਰੇਸ਼ਨ ਕਰਨ ਤੋਂ ਬਾਅਦ ਪੇਸ਼ੈਂਟ ਅਗਲੇ ਦਿਨ ਤੋਂ ਹੀ ਐਕਟਿਵ ਸੀਗਾ। ਇਹਨੂੰ ਟੋਟਲ 10-11 ਮਹੀਨੇ ਲੱਗੇ ਜਿਹਦੇ ਅੰਦਰ ਇਹ ਫਿਸਟੁਲਾ ਪੂਰਾ ਫੁੱਲੀ ਹੀਲ ਹੋ ਗਿਆ। ਹੁਣ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਇਹ ਡਾਕਟਰ ਅਰੁਣ ਰੋਜਨ ਸਕਲ, ਡਾਕਟਰ ਪ੍ਰਦੀਪ ਚਹਿਲ ਅਤੇ ਡਾਕਟਰ ਹਿਤੇਂਦਰ ਸਿੰਘ। ਐਕਚੁਅਲ ਆਮ ਤੌਰ 'ਤੇ ਜਿਹੜਾ ਫਿਸਟੁਲਾ ਹੁੰਦਾ, ਭਗੰਦਰ ਦਾ ਜਿਹੜਾ ਫੋੜਾ ਹੁੰਦਾ, 5-6 ਸੈਂਟੀਮੀਟਰ ਹੁੰਦਾ ਰੂਟੀਨ 'ਚ। 5-6 ਸੈਂਟੀਮੀਟਰ ਤੋਂ ਜੇ ਵੱਡਾ ਹੋ ਜਾਵੇ ਉਹਨੂੰ ਹਾਈ ਐਨਲ ਫਿਸਟੁਲਾ ਜਾਂ ਕੰਪਲੈਕਸ ਫਿਸਟੁਲਾ ਕਿਹਾ ਜਾਂਦਾ ਹੈ, ਪਰ ਇਹ 26 ਸੈਂਟੀਮੀਟਰ ਸੀ ਐਜ਼ ਪਰ ਐਮ ਆਰ ਆਈ ਰਿਪੋਰਟ, ਜਿਹੜਾ ਕਿ 1 ਫੁੱਟ ਦੇ ਕਰੀਬ ਬਣਦਾ। ਐਸਾ ਵਰਲਡ ਦੇ ਵਿੱਚ ਕੋਈ ਵੀ ਕੇਸ ਰਿਪੋਰਟਡ ਨਹੀਂ ਜਿਹੜਾ 25 ਸੈਂਟੀਮੀਟਰ ਤੋਂ ਵੱਡਾ ਹੋਵੇ। 2013 ਦੇ ਵਿੱਚ ਅਸੀਂ ਰਾਣਾ ਹਸਪਤਾਲ 'ਚ ਮੈਕਸੀਮਮ ਸਰਜਰੀਜ਼ ਇਹਨੇ ਡੇ ਕੀਤੀਆਂ ਸੀ, 391 ਸਰਜਰੀ 8 ਘੰਟੇ 45 ਮਿੰਟ 'ਚ, ਜਿਹਦੇ 'ਚ ਰਾਣਾ ਹੋਸਪਿਟਲ ਦਾ ਨਾਮ 2013 'ਚ ਲਿਮਕਾ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਸੀ। 2016 ਦੇ ਵਿੱਚ ਸਤੰਬਰ ਦੇ ਵਿੱਚ, ਇਸੇ 30 ਸਤੰਬਰ ਨੂੰ ਅਸੀਂ ਇੱਕ ਐਕਟੀਵਿਟੀ ਕੀਤੀ ਸੀ, ਹੈਲਥ ਅਵੇਅਰਨੈਸ ਦੀ, ਜਿਹਦੇ 'ਚ ਫੂਡ ਹੈਬਿਟਸ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਸੀਗੀ। 219 ਸਕੂਲਾਂ ਨੇ ਪਾਰਟੀਸਪੇਟ ਕੀਤਾ ਸੀ, 1,25,000 ਬੱਚੇ ਨੇ, ਔਰ ਇਹਦੇ 'ਚ ਵਰਲਡ ਰਿਕਾਰਡ ਬਣਿਆ ਸੀ ਔਰ ਰਾਣਾ ਹਸਪਤਾਲ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਸੀ। ਭਗਤ ਪੂਰਨ ਸਿੰਘ ਬੀਮਾ ਯੋਜਨਾ 'ਚ ਅਸੀਂ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਕੰਮ ਕੀਤਾ ਸੀ, ਉਹਦੇ ਲਈ ਸਿਵਲ ਸਰਜਨ ਸਾਹਿਬ, ਡਿਪਟੀ ਕਮਿਸ਼ਨਰ ਸਾਹਿਬ ਔਰ ਉਸ ਟਾਈਮ ਦੇ ਜਿਹੜੇ ਹੈਲਥ ਮਿਨਿਸਟਰ ਸੀ ਸ਼੍ਰੀ ਸੁਰਜੀਤ ਜਿਆਨੀ ਜੀ, ਉਹਨਾਂ ਨੇ ਤਿੰਨਾਂ ਨੇ ਸਾਨੂੰ ਐਪਰੀਸੀਏਸ਼ਨ ਲੈਟਰ ਇਸ਼ੂ ਕੀਤੇ ਸੀ। ਉਹ ਪੇਸ਼ੈਂਟ ਤਾਂ ਜਿਹੜੇ ਹੈਗੇ ਆ ਉਹ ਖਮਾਣੋ ਨੂੰ ਬਿਲੋਂਗ ਕਰਦੇ ਆ, 38 ਸਾਲ ਦੀ ਉਮਰ ਹੈ, ਹੁਣ ਉਹ ਬਿਲਕੁਲ ਫਿੱਟ ਨੇ। ਮੈਂ ਇਹੀ ਕਹਿਣਾ ਚਾਹੂੰਗਾ ਜੀ, ਮੈਂ ਤਾਂ ਧੰਨਵਾਦ ਕਰਾਂਗਾ ਵਾਰ ਵਾਰ ਰਾਣਾ ਹੋਸਪਿਟਲ ਅਤੇ ਡਾਕਟਰ ਸਾਹਿਬ ਦਾ, ਜਿਨ੍ਹਾਂ ਦੀ ਬਦੌਲਤ ਮੇਰਾ ਕਹਿ ਲਓ ਵੀ ਇੱਕ ਨਵਾਂ ਜਨਮ ਹੋਇਆ। ਬਹੁਤ ਪ੍ਰੋਬਲਮ 'ਚ ਗੁਜ਼ਰ ਰਿਹਾ ਸੀ, ਪੇਟ ਦੇ ਵਿੱਚ ਪੂਰੀ ਪਸ ਪੈ ਗਈ ਸੀ ਅਤੇ 2 ਵਾਰ ਪਹਿਲਾਂ ਸਰਜਰੀ ਹੋ ਚੁੱਕੀ ਸੀ, ਪਰ ਬਾਅਦ ਵਿੱਚ ਜਦੋਂ ਦਾ ਇਹਨਾਂ ਤੋਂ ਸਰਜਰੀ ਕਰਵਾਈ ਉਦੋਂ ਦਾ ਬਿਲਕੁਲ ਠੀਕ ਠਾਕ ਹੈ ਜੀ। ਵਰਿੰਦਰ ਜੀ, ਕਿੰਨੀ ਦੇਰ ਤੋਂ ਪਰੇਸ਼ਾਨ ਸੀ ਤੁਸੀਂ? ਮੈਨੂੰ ਤਕਰੀਬਨ 2 ਸਾਲ ਹੋ ਗਏ ਜੀ। ਇਸ 'ਤੇ ਕਿੰਨਾ ਖਰਚਾ ਆਇਆ ਤੁਹਾਡਾ ਜੀ? ਖਰਚਾ ਤਕਰੀਬਨ ਜੇ ਟੋਟਲ ਲਾਈਏ ਫਿਰ ਤਾਂ ਆ ਗਿਆ ਹੋਣਾ ਜੀ 3,00,000 ਰੁਪਈਆ, ਪਰ ਰਾਣਾ ਹੋਸਪਿਟਲ 'ਚ ਕੋਈ ਖਰਚਾ ਨਹੀਂ, ਉੱਥੇ ਸਿਰਫ 30,000 ਰੁਪਈਆ ਖਰਚਾ ਆਇਆ ਜੀ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।